ਤੇ ਜੇ ਤੁਸੀਂ ਵੋਟ ਪਾਉਣ ਜਾਣਾ ਉਸ ਤੋਂ ਪਹਿਲਾਂ ਉਹ 10 ਸਾਲ ਦਾ ਹਿਸਾਬ ਜਿਹੜਾ ਹੈ ਪਿਛਲੇ ਰਿਜ਼ਿਊ ਕੋ ਅਸੀਂ ਮੰਗਣਾ, ਉਹ 10 ਸਾਲ ਦੀ ਗੱਲ ਆਪਣੇ ਮਨ 'ਚ ਲੈ ਕੇ ਜਾਣਾ ਹੈ ਕਿ ਪਿਛਲੇ 10 ਸਾਲਾਂ 'ਚ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਮੌਜੂਦਾ ਜਿਹੜਾ ਉਹਨਾਂ ਦਾ ਰਜ਼ੀਮ ਉਹਨੇ ਕੀ ਕੀਤਾ ਸਾਡੇ ਵਾਸਤੇ। ਔਰ ਮੇਰੇ ਕੋਲ ਕਈ ਵੀਰ ਪੁੱਛਦੇ ਨੇ ਅਗਲਾ ਪ੍ਰਧਾਨ ਮੰਤਰੀ ਇੰਡੀਆ ਲਾਈਸ ਦਾ ਕੌਣ ਹੋਏਗਾ, ਅਡਾਨੀ ਔਰ ਅੰਬਾਨੀ। 10 ਸਾਲ ਉਹਨਾਂ ਨੇ ਦੋਸਤੀ ਕੀਤੀ, ਰੱਜ ਕੇ ਦੋਨਾਂ ਨੇ ਰਲ ਕੇ ਮਿਲ ਕੇ ਲੁੱਟਿਆ ਔਰ ਕੁੱਟਿਆ ਅਤੇ ਹੁਣ ਉਹਨਾਂ ਨੂੰ ਟੈਂਪੂ ਵਾਲਾ ਬਣਾ ਦਿੱਤਾ ਇਹਨੇ। 16.5 16.5 ਲੱਖ ਕਰੋੜ ਇਹਨਾਂ ਨੇ ਕਾਰਪੋਰੇਟਰ ਦਾ ਲੋਨ ਵੇਵ ਕੀਤਾ, ਮਾਫ਼ ਕੀਤਾ 16.5 ਲੱਖ ਕਰੋੜ ਪਿਛਲੇ 10 ਸਾਲਾਂ 'ਚ ਮੋਦੀ ਐਂਡ ਇਸ ਟੀਮ ਨੇ, ਅਤੇ ਸਾਡੇ ਕਿਸਾਨ ਜਿਹੜੇ ਹਿੰਦੁਸਤਾਨ ਦੇ ਉਹਨਾਂ ਦਾ 0। ਅਤੇ ਜੇ ਤੁਸੀਂ ਵੋਟ ਪਾਉਣ ਜਾਣਾ ਉਸ ਤੋਂ ਪਹਿਲਾਂ ਉਹ 10 ਸਾਲ ਦਾ ਹਿਸਾਬ ਜਿਹੜਾ ਪਿਛਲੇ ਰਿਜ਼ਿਊ ਕੋ ਅਸੀਂ ਮੰਗਣਾ, ਉਹ 10 ਸਾਲ ਦੀ ਗੱਲ ਆਪਣੇ ਮਨ 'ਚ ਲੈ ਕੇ ਜਾਣਾ ਹੈ ਕਿ ਪਿਛਲੇ 10 ਸਾਲਾਂ 'ਚ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਮੌਜੂਦਾ ਜਿਹੜਾ ਉਹਨਾਂ ਦਾ ਰਜ਼ੀਮ ਉਹਨੇ ਕੀ ਕੀਤਾ ਸਾਡੇ ਵਾਸਤੇ, ਸਾਡੇ ਪਿਆਰੇ ਭਾਰਤ ਵਾਸਤੇ, ਸਾਡੇ ਪਿਆਰੇ ਹਿੰਦੁਸਤਾਨ ਵਾਸਤੇ ਉਹਨਾਂ ਨੇ ਕੀ ਕੀਤਾ। ਇਹ ਸਵਾਲ ਤੁਸੀਂ ਮਨ 'ਚ ਲੈ ਕੇ ਜਾਣਾ ਅਤੇ ਫਿਰ ਵੋਟ ਪਾਉਣ ਜਾਣਾ ਅਤੇ ਫਿਰ ਫੈਸਲਾ ਤੁਸੀਂ ਕਰਨਾ। ਜਦੋਂ 2013 'ਚ ਪ੍ਰਧਾਨ ਮੰਤਰੀ ਮੋਦੀ ਜੀ ਕੈਂਡੀਡੇਟ ਬਣ ਕੇ ਆਏ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਇਹਨੂੰ BJP ਨੇ ਕੈਂਡੀਡੇਟ ਬਣਾ ਦਿੱਤਾ ਅਤੇ ਇਹਨਾਂ ਨੇ ਪ੍ਰਚਾਰ ਕੀਤਾ ਅਤੇ ਇਹਨਾਂ ਨੇ ਵਾਅਦੇ ਕੀਤੇ ਸਨ ਮੇਰੇ ਭਾਰਤ ਦੇ ਲੋਕਾਂ ਨਾਲ। ਮੈਂ ਅਮਰੀਕਾ ਰਹਿੰਦਾ ਪਰ ਮੈਂ ਇਹਨਾਂ ਦੇ ਇਕੱਲੇ ਪਲ ਨੂੰ ਦੇਖਦਾ। 10 ਸਾਲ ਪਹਿਲਾਂ ਜੋ ਇਹਨਾਂ ਵਾਅਦੇ ਕੀਤੇ ਸੀ ਉਹਨਾਂ 'ਚ ਮੋਟੇ ਮੋਟੇ ਵਾਅਦੇ ਤੁਸੀਂ ਸਾਰੇ ਜਾਣਦੇ ਹੋ, ਮੈਂ ਵੀ ਤੁਹਾਨੂੰ ਕਰਾ ਦਿੰਦਾ ਕਿ ਇਹ 2 ਕਰੋੜ ਨੌਕਰੀਆਂ ਦੇਵਾਂਗਾ ਸਾਲ ਦੀਆਂ। ਤੋ 10 ਸਾਲਾਂ 'ਚ ਕਿੰਨੀਆਂ ਬਣਦੀਆਂ ਨੇ ਸਾਥੀਓ? ਤਕਰੀਬਨ 20 ਕਰੋੜ ਨੌਕਰੀ। ਕਿਸੇ ਵੀ ਤੁਹਾਡੇ ਜਿਹੜੇ ਤੁਸੀਂ ਹਾਲ 'ਚ ਬੈਠੇ ਹੋ, ਕਿਸੇ ਨੂੰ ਕੋਈ ਨੌਕਰੀ ਮਿਲੀ ਹੈ? ਉਹ 20 ਕਰੋੜ 'ਚ ਤੁਸੀਂ ਵੀ ਉਹ 20 ਕਰੋੜ ਦੇ ਪਰਿਵਾਰ ਦੇ ਮੈਂਬਰ ਹੈਗੇ ਹੋ ਤੁਸੀਂ। ਜਿਹੜਾ 10 ਸਾਲ ਕਹਿੰਦਾ ਮੈਂ ਡਿਵੈਲਪਮੈਂਟ ਬੜੀ ਕੀਤੀ ਹੈ ਅਤੇ ਉਹਨੂੰ ਵੋਟਾਂ ਹੁਣ ਫਿਰ ਡਿਵੈਲਪਮੈਂਟ ਨਾਂ 'ਤੇ ਮੰਗਣੀਆਂ ਚਾਹੀਦੀਆਂ ਸਨ, ਨਾ ਕਿ ਧਰਮ ਦੇ ਨਾਂ 'ਤੇ। ਹੁਣ ਪਿਛਲੇ ਜਦੋਂ ਤੀਜੀ ਫੇਜ਼ 'ਚ ਪਤਾ ਲੱਗ ਗਿਆ ਕਿ ਇਹਨਾਂ ਦੀ ਬੇੜੀ ਡਾਵਾਡੋਲ ਹੈ ਅਤੇ ਫਿਰ ਆ ਗਏ ਉੱਥੇ ਆਪਣੀ ਔਕਾਤ 'ਤੇ, ਜਿਹੜੀ ਇਹਨਾਂ ਦੀ ਔਕਾਤ ਪੁਰਾਣੀ ਸੀ ਉਸ ਔਕਾਤ 'ਤੇ ਆ ਗਏ। ਮੈਂ ਮੇਰੇ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ ਪਰ ਮੇਰੇ ਕੋਲ ਕੋਈ ਚੁਆਇਸ ਨਹੀਂ ਹੈ। ਮੇਰੇ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਐਸੇ ਨਾਗਰਿਕ ਹਿੰਦੁਸਤਾਨ ਦਾ ਮੈਂ ਨਾਗਰਿਕ ਹਾਂ ਅਤੇ ਮੈਂ ਬਹੁਤ ਸਤਿਕਾਰ ਕਰਦਾ। ਪਰ ਜਿਹੜੀ ਭਾਸ਼ਾ ਇਹ ਵਰਤ ਰਹੇ ਨੇ, ਦੇਸ਼ ਦਾ ਪ੍ਰਧਾਨ ਮੰਤਰੀ ਇਸ ਟਾਈਮ ਵਰਤ ਰਿਹਾ, ਇਹ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸੋਭਾ ਨਹੀਂ ਦਿੰਦੇ। ਇਹਨਾਂ ਨੂੰ ਖੁਦ ਸੋਭਾ ਦਿੰਦੀ ਹੋਵੇ BJP ਵਾਲਿਆਂ ਨੂੰ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮੁਤਾਬਕ ਉਹ ਬਿਆਨ ਉਹ ਸਟੇਟਮੈਂਟਾਂ ਨਹੀਂ ਦੇ ਰਿਹਾ। ਔਰ ਬਹੁਤ ਹੀ ਅਸੀਂ ਅੱਜ ਸਾਥੀਓ ਬਹੁਤ ਖਤਰਨਾਕ ਮੋੜ 'ਤੇ ਖੜ੍ਹ ਗਏ ਹਾਂ। ਮੈਨੂੰ ਪੱਤਰਕਾਰ ਵੀਰ ਪੁੱਛਦੇ ਨੇ ਭਾਈ ਇਲੈਕਸ਼ਨ ਦਾ ਕੀ ਮਾਹੌਲ ਹੈ, ਅਤੇ ਮੇਰਾ ਇੱਕੋ ਹੀ ਜਵਾਬ ਹੈ ਸਟੇਟ ਫਾਰਵਰਡ, ਮੋਦੀ ਵਰਸਸ ਪੀਪਲ ਆਫ ਇੰਡੀਆ, ਮੋਦੀ ਵਰਸਸ ਪੀਪਲ ਆਫ ਇੰਡੀਆ। ਇਹ ਜਿਹੜੀ ਇਲੈਕਸ਼ਨ ਹੈ ਇਤਿਹਾਸਿਕ ਇਲੈਕਸ਼ਨ ਹੋ ਜਾ ਰਹੀ ਹੈ, ਦੁਨੀਆ ਦੇ ਲੋਕ ਜਾਗ ਚੁੱਕੇ ਨੇ, ਚਾਹੇ ਉਹ ਆਲ ਦੇ ਵੇ ਸਾਊਥ ਹੈ, ਜਿਸ ਤਰ੍ਹਾਂ ਬੜੀ ਵਧੀਆ ਗੱਲ ਸਾਊਥ ਸਾਫ ਨੌਰਥ ਹਾਫ, ਸਾਊਥ ਸਾਫ ਅਤੇ ਨੌਰਥ ਹਾਫ। ਮੈਂ ਹਿੰਦੀ ਬੈਲਟ 'ਚ ਵੀ ਜਾ ਕੇ ਆਇਆ, UP 'ਚ ਮੈਂ ਹੁਣ 10 ਦਿਨ ਲਾਏ ਨੇ, ਸਪੈਸ਼ਲੀ ਉਹ ਲਖਨਊ ਦੇ ਆਲੇ ਦੁਆਲੇ ਜਿਹੜੇ ਜ਼ਿਲ੍ਹੇ ਨੇ ਉੱਥੇ ਜਾ ਕੇ ਆਇਆ। ਬੜਾ ਮਾਹੌਲ ਹੈ, ਲੋਕ ਆਪ ਮੁਹਾਰੇ ਅੱਗੇ ਹੋ ਕੇ ਇਲੈਕਸ਼ਨ ਲੜਦੇ ਪਏ ਨੇ, ਅਤੇ 4 ਜੂਨ ਨੂੰ ਜਿਹੜੇ ਰਿਜ਼ਲਟ ਆਉਣਗੇ ਸਾਥੀਓ ਉਹ ਬੜੇ ਅਚੰਭੇ ਵਾਲੇ ਹੋਣਗੇ। ਦੇਸ਼ ਦਾ ਅਗਲਾ ਨਵਾਂ ਪ੍ਰਧਾਨ ਮੰਤਰੀ ਤੁਸੀਂ ਦੇਖੋਗੇ। ਔਰ ਮੇਰੇ ਕੋਲ ਕਈ ਵੀਰ ਪੁੱਛਦੇ ਨੇ ਅਗਲਾ ਪ੍ਰਧਾਨ ਮੰਤਰੀ ਇੰਡੀਆ ਲਾਈਸ ਦਾ ਕੌਣ ਹੋਏਗਾ, ਤਾਂ ਬੜਾ ਸਿੰਪਲ ਔਰ ਸਾਦਾ ਸਵਾਲ ਹੈ ਉਹਦਾ। ਉਸ ਸਵਾਲ ਦਾ ਜਵਾਬ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਲੋਕ ਹਿੰਦੁਸਤਾਨ ਦੇ ਲੋਕ ਚੁਣਨਗੇ, 543 ਮੈਂਬਰ ਪਾਰਲੀਮੈਂਟ ਚੁਣਨਗੇ, ਲੋਕ ਦੇ 140 ਕਰੋੜ ਆਬਾਦੀ ਅਤੇ 543 ਮੈਂਬਰ ਪਾਰਲੀਮੈਂਟ ਉਹ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨਗੇ।
ਅਸੀਂ ਕੌਣ, ਮੈਂ ਕੌਣ, ਮੈਂ ਤਾਂ ਅਮਰੀਕਾ ਬੈਠਾ, ਵੋਟ ਮੇਰੀ ਜ਼ਰੂਰ ਹੈ ਇੱਥੇ, ਵੋਟ ਮੈਂ 1 ਜੂਨ ਨੂੰ ਪਾਵਾਂਗਾ ਆਪਣੇ ਪਿੰਡ ਜਾ ਕੇ ਗਿਲਜੀਆਂ, ਪਰ ਆਮ 140 ਕਰੋੜ ਲੋਕ ਹੀ ਫੈਸਲਾ ਕਰਨਗੇ। ਪਿਛਲੇ 10 ਸਾਲਾਂ 'ਚ ਕੋਈ ਪ੍ਰੈਸ ਕਾਨਫਰੰਸ ਸਾਡੇ ਪ੍ਰਧਾਨ ਮੰਤਰੀ ਨੇ ਕੀਤੀ ਹੈ? ਜਵਾਬ ਨਹੀਂ। ਅਡਾਨੀ ਔਰ ਅੰਬਾਨੀ 10 ਸਾਲ ਉਹਨਾਂ ਨੇ ਦੋਸਤੀ ਕੀਤੀ, ਰੱਜ ਕੇ ਦੋਨਾਂ ਨੇ ਰਲ ਕੇ ਮਿਲ ਕੇ ਲੁੱਟਿਆ ਔਰ ਕੁੱਟਿਆ, ਅਤੇ ਹੁਣ ਉਹਨਾਂ ਨੂੰ ਟੈਂਪੂ ਵਾਲਾ ਬਣਾ ਦਿੱਤਾ ਇਹਨੇ, ਹੁਣ ਅਖੀਰਲੇ ਤੀਜੇ ਪੜਾਅ 'ਤੇ ਆ ਕੇ ਉਹਨੂੰ ਟੈਂਪੂ ਵਾਲਾ ਬਣਾ ਦਿੱਤਾ ਕਿ ਟੈਂਪੂ ਭਰ ਕੇ ਦਿੱਤਾ। ਉਹ ਜੋ ਤੁਸੀਂ ਸਿਆਣੇ ਹੋ ਔਰ ਤੁਸੀਂ ਸੋਚੋ ਤਾਂ ਮਤਲਬ ਕੀ ਹੈ? 10 ਸਾਲ ਉਹਨਾਂ ਨੂੰ ਰੱਜ ਕੇ ਦੋਸਤੀ ਕੀਤੀ ਹੈ ਅਤੇ ਹੁਣ ਉਹਨਾਂ ਨੂੰ ਟੈਂਪੂ ਵਾਲਾ ਬਣਾ ਦਿੱਤਾ। 10 ਸਾਲ ਰਾਜ ਕਰਨ ਤੋਂ ਬਾਅਦ ਇੱਕ ਵੀ ਮੁੱਦਾ ਨਹੀਂ ਹੈ, ਇੱਕ ਵੀ ਮੁੱਦਾ ਗਿਣਾ ਦੇਣ ਕਿਤੇ ਜਾ ਕੇ ਲੋਕਾਂ 'ਚ, ਇੱਕ ਵੀ ਮੁੱਦਾ ਹੋਵੇ। ਮੋਦੀ ਜੀ ਕਲੇਮ ਕਰਦੇ ਨੇ, ਮੇਰੇ ਦੇਸ਼ ਦੇ ਪ੍ਰਧਾਨ ਮੰਤਰੀ ਕਲੇਮ ਕਰਦੇ ਨੇ ਕਿ ਦੁਨੀਆਂ ਦੀ 5ਵੀਂ ਇਕੋਨਮੀ ਬਣ ਗਈ ਹੈ, ਦੁਨੀਆਂ ਦੀ ਜਿਹੜਾ ਇੰਡੀਆ ਹੈ 5ਵੀਂ ਇਕੋਨਮੀ ਬਣ ਗਈ ਹੈ, ਅਤੇ ਜਿਹੜੇ ਸਾਡੀ ਇੰਡੀਆ 'ਚ ਪਰ ਕੈਪੀਟਲ ਇਨਕਮ ਹੈ ਉਹ ਸਾਡੇ 195 'ਚੋਂ 147 ਨੰਬਰ ਹੈ। ਆਊਟ ਆਫ 195 ਵੀ ਆਰ ਨੰਬਰ 141। ਜੇ ਇਕੋਨਮੀ 5ਵੇਂ ਨੰਬਰ ਦੀ ਹੈ ਤਾਂ ਸਾਡਾ 141 ਨੰਬਰ ਹੈ। 82 ਕਰੋੜ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹ ਉਹਨਾਂ ਨੂੰ 5 ਕਿਲੋ ਰਾਸ਼ਨ ਮਿਲਿਆ, 82 ਕਰੋੜ ਲੋਕਾਂ ਨੂੰ 5 ਕਿਲੋ ਦਾ ਰਾਸ਼ਨ ਦੇ ਰਹੇ ਨੇ, ਅਤੇ ਇਹਦਾ ਮਤਲਬ ਕਿ ਜਿਹੜੀ ਸਾਡੀ ਗਰੀਬੀ ਰੇਖਾ ਅਸੀਂ ਬਹੁਤ ਥੱਲੇ ਚਲੇ ਗਏ, ਗਰੀਬੀ ਰੇਖਾ ਤੋਂ ਅਸੀਂ ਬਹੁਤ ਥੱਲੇ ਚਲੇ ਗਏ, ਅਤੇ 82 ਕਰੋੜ ਗਰੀਬ ਨੇ ਅਤੇ ਜਿਹੜੇ ਅਮੀਰ ਦੁਨੀਆ ਦੀ ਲਿਸਟ 'ਚ 2 ਨੇ। ਇੰਨਾ ਫਰਕ ਹੈ ਅਮੀਰੀ ਅਤੇ ਗਰੀਬੀ ਦਾ ਪਾੜਾ ਪਿਛਲੇ 10 ਸਾਲਾਂ 'ਚ ਇੰਨਾ ਵੱਡਾ ਕਿ ਜਿਹੜਾ ਅਡਾਨੀ ਉਹਦੀ ਜਿਹੜੀ ਲਿਸਟ ਅਮੀਰਾਂ ਦੀ ਬਹੁਤ ਥੱਲੇ ਹੁੰਦਾ ਸੀ, ਸੈਂਕੜੇ 'ਚ ਥੱਲੇ ਹੁੰਦਾ ਸੀ, ਅੱਜ ਉਹ ਪਹਿਲੇ 10ਾਂ 'ਚ ਉਹਦਾ ਨਾਂ ਹੈ, ਪਹਿਲੇ ਸੈਂਕੜੇ 'ਚ ਹੁੰਦਾ ਸੀ ਉਹ ਨਾਂ ਹੈ, 120ਵੇਂ ਅਗਰ 125ਵੇਂ ਹੁੰਦਾ ਸੀ, ਅੱਜ ਉਹਦਾ ਨੰਬਰ 10ਾਂ 'ਚ ਪਹਿਲੇ ਟੋਪ 10 'ਚ ਹੈ। ਗਰੀਬੀ ਔਰ ਅਮੀਰੀ ਦਾ ਪਾੜਾ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਗਿਆ 10 ਸਾਲਾਂ 'ਚ। BJP ਜਿਹੜੀ ਹੈ ਮੌਜੂਦਾ ਰਜੀਮ ਹੈ, ਪ੍ਰਧਾਨ ਮੰਤਰੀ ਤੋਂ ਸਾਥੀ ਕਲੇਮ ਕਰਦੇ ਨੇ ਕਿ ਅਸੀਂ ਵਰਲਡ ਲੀਡਰ ਹਾਂ, ਅਤੇ ਅੱਜ ਜੇ ਇੱਕ ਅਫਗਾਨਿਸਤਾਨ ਦਾ ਬੰਦਾ ਇੱਥੇ ਇੰਡੀਆ ਆਵੇ ਤਾਂ ਉਹਨੂੰ ਇੱਕ ਅਫਗਾਨ ਜਿਹੜੀ ਕਰੰਸੀ ਹੈ ਉਹਦੇ 1 ਰੁਪਏ ਦੇ 16 ਪੈਸੇ ਮਿਲਦੇ ਨੇ। ਅਫਗਾਨ ਬੰਦਾ ਕੋਈ ਆਵੇ ਇੱਥੇ ਘੁੰਮਣ ਵਾਸਤੇ ਅਫਗਾਨਿਸਤਾਨ ਤੋਂ, ਤਾਂ ਉਹ ਆਪਣੇ ਦੇਸ਼ ਦੀ ਕਰੰਸੀ ਲੈ ਕੇ ਆਵੇ ਤਾਂ ਉਹਨੂੰ ਬਦਲੇ 'ਚ 1 ਰੁਪਈਆ ਅਤੇ 16 ਪੈਸੇ ਮਿਲਦੇ ਨੇ ਹਿੰਦੁਸਤਾਨ ਦੇ। ਇਹ ਅਸੀਂ ਹੈ ਦੁਨੀਆ ਦੇ ਲੀਡਰ, ਅਸੀਂ ਉਹਨਾਂ ਦੀ ਗਿਣਤੀ 'ਚ ਆ ਗਏ ਹਾਂ ਜਿਨ੍ਹਾਂ ਦਾ ਨਾਂ ਲੈਣਾ ਵੀ ਕਈ ਵਾਰੀ ਮੁਸ਼ਕਿਲ ਹੋ ਜਾਂਦਾ। 1 ਰੁਪਇਆ 16 ਪੈਸੇ ਮਿਲ ਰਹੇ ਨੇ ਅਫਗਾਨ ਤੋਂ। ਮੋਦੀ ਗੌਰਮੈਂਟ ਨੇ ਪਿਛਲੇ 10 ਸਾਲਾਂ 'ਚ 30 ਲੱਖ ਕਰੋੜ ਟੈਕਸ ਕਲੈਕਟ ਕੀਤਾ ਹੈ ਡੀਜ਼ਲ ਅਤੇ ਪੈਟਰੋਲ ਤੋਂ, 30 ਲੱਖ ਕਰੋੜ ਨੰਬਰ ਜਾ ਕੇ ਚੈੱਕ ਕਰ ਲਿਓ ਗੂਗਲ 'ਤੇ, 30 ਲੱਖ ਕਰੋੜ ਕਲੈਕਟ ਕੀਤਾ ਹੈ, ਜਿਹਦੀ ਜੋ ਐਵਰੇਜ ਕੱਢੀਏ ਤਾਂ 830% ਬਣਦੀ ਹੈ, ਉਹਦੀ 830% ਐਕਸਾਈਜ਼ ਡਿਊਟੀ ਜਿਹੜੀ ਇਨਕਰੀਜ਼ ਹੋਈ 830% ਹੈ। ਤਾਂ ਡੀਜ਼ਲ ਜਿਹੜਾ ਹੈ ਉਹ ਸਾਡੇ ਹਿੰਦੁਸਤਾਨ ਦੇ ਕਿਸਾਨਾਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਜੇ ਉਹ ਤਾਂ 830% ਵਧਿਆ ਹੈ ਤਾਂ ਕੀ ਕਿਸਾਨਾਂ ਦੀ MSP 830% ਵਧੀ? 830% ਕਿਸਾਨਾਂ ਦੀ MSP ਉਦੋਂ ਵੀ ਵਧਣੀ ਚਾਹੀਦੀ, ਨਹੀਂ ਵਧੀ। BJP ਨੇ ਖਾਣ ਵਾਲੀਆਂ ਚੀਜ਼ਾਂ, ਦੁਨੀਆ ਦੇ ਜਿਹੜੇ ਵੱਡੇ ਵੱਡੇ ਅਮੀਰ ਮੁਲਕ ਨੇ ਖਾਣ ਵਾਲੀ ਚੀਜ਼ਾਂ ਤੋਂ ਟੈਕਸ ਹੀ ਲੱਗਦਾ ਹੈ, ਇਹਨਾਂ ਨੇ ਲੱਸੀ 'ਤੇ ਵੀ ਟੈਕਸ ਲਾਤਾ ਹੈ ਅਤੇ ਦਾਲਾਂ 'ਤੇ ਵੀ ਟੈਕਸ ਲਾਤਾ ਹੈ, GST ਜਿਹਨੂੰ ਤੁਸੀਂ ਕਹਿੰਦੇ ਹੋ। ਮੈਂ ਜਿਹੜੀ ਗੱਲ ਕਹਿੰਦਾ ਕਿ ਖਾਣ ਦਾ ਲੱਸੀ ਹੈ, ਨੋਰਮਲ ਲੱਸੀ ਜਿਹੜੀ ਸਾਡੀ ਨੌਰਥ ਇੰਡੀਅਨ ਦੀ ਖੁਰਾਕ ਹੈ ਉਹ 'ਤੇ ਵੀ GST ਹੈ, ਅਤੇ ਦੂਜਾ ਜਿਹੜਾ ਉਹ ਸਾਡੇ ਇਕੱਠਾ ਕੀਤਾ ਉਹਦਾ ਗਿਣਤੀ ਹੈ ਪੂਰੀ ਜਿਹੜੀ ਉਹਦੀ ਅਮਾਊਂਟ ਨੰਬਰ ਹੈ। ਔਨ ਦੀ ਅਦਰ ਸਾਈਡ 16.5
16 ਲੱਖ ਕਰੋੜ ਇਹਨਾਂ ਨੇ ਕਾਰਪੋਰੇਟ ਦਾ ਲੋਨ ਵੇਵ ਕੀਤਾ, ਮਾਫ਼ ਕੀਤਾ 16.5 ਲੱਖ ਕਰੋੜ ਪਿਛਲੇ 10 ਸਾਲਾਂ 'ਚ ਮੋਦੀ ਐਂਡ ਇਸ ਟੀਮ ਨੇ, ਅਤੇ ਸਾਡੇ ਕਿਸਾਨ ਜਿਹੜੇ ਹਿੰਦੁਸਤਾਨ ਦੇ ਉਹਨਾਂ ਦਾ 0, ਜਿਹੜਾ ਸਾਨੂੰ ਸਵੇਰੇ ਦੁਪਹਿਰੇ ਸ਼ਾਮੀ ਰੋਟੀ ਦਿੰਦਾ ਹੈ ਕਿਸਾਨ ਹਿੰਦੁਸਤਾਨ ਦਾ, ਉਹਦਾ ਜਿਹੜਾ ਲੋਨ ਹੈ 1 ਰੁਪਈਆ ਵੀ ਇਹਨਾਂ ਨੇ 10 ਸਾਲਾਂ 'ਚ ਨਹੀਂ ਮਾਫ਼ ਕੀਤਾ। ਇਹ ਵੀ ਹਿਸਾਬ ਤੁਸੀਂ ਮੰਗਣਾ। ਦੇਖੋ, ਜਿਹੜਾ ਵੀ ਬੰਦਾ ਇੱਥੋਂ, ਤੁਸੀਂ ਅੱਜ ਦੀ ਨਹੀਂ ਮੈਂ ਗੱਲ ਕਰਦਾ, ਤੁਸੀਂ ਇਹ 40 ਸਾਲ 50 ਸਾਲ 60 ਸਾਲ ਪਿੱਛੇ ਚਲੇ ਜਾਓ, ਜਾਂ ਜਿਹੜੇ ਅੱਜ ਵੀ ਇੱਥੋਂ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ, ਚਾਹੇ ਉਹ ਸਟੂਡੈਂਟਸ ਜਾ ਰਹੇ ਆ ਜਾਂ ਕੋਈ ਫੈਮਿਲੀ ਪੀ ਆਰ 'ਤੇ ਜਾ ਰਹੀ ਆ, ਹਰ ਇੱਕ NRI ਨੂੰ ਇੱਕ ਅੰਦਰ ਦਰਦ ਤਾਂ ਆਪਣੇ ਪਿੱਛੇ ਦਾ ਹੈ, ਇੱਕ ਫਿਕਰ। ਦੇਖੋ, 32 ਕੰਟਰੀਆਂ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਕੰਮ ਕਰ ਰਹੀ ਆ। ਵਟ ਵੀ ਫੀਲ, ਤੁਸੀਂ ਮੈਨੂੰ ਦੱਸੋ ਕਿ ਜੇ NRI ਦਾ ਇੰਟਰਸਟ ਹੈ ਨਹੀਂ, ਤਾਂ ਇਹ ਜਿੰਨੇ ਵੀ ਸਿਆਸਤਦਾਨ ਨੇ, ਚਾਹੇ ਕਿਸੇ ਵੀ ਪਾਰਟੀ ਦੇ ਨੇ, ਚਾਹੇ ਉਹ ਕਾਂਗਰਸ ਦੇ ਨੇ, ਆਮ ਆਦਮੀ ਪਾਰਟੀ ਦੇ ਨੇ, BJP ਦੇ ਨੇ, ਈਵਨ ਸਾਡਾ ਪ੍ਰਾਈਮ ਮਿਨਿਸਟਰ, ਫਿਰ ਬਾਹਰਲੇ ਕੰਟਰੀਆਂ ਦੇ ਵਿੱਚ ਜਾ ਕੇ ਇੰਨੀਆਂ ਵੱਡੀਆਂ ਵੱਡੀਆਂ ਰੈਲੀਜ਼, ਪਬਲਿਕ ਮੀਟਿੰਗਸ ਕਿਉਂ ਕਰਦੇ ਆ? ਸੋ ਨਹੀਂ 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 ਇਹ ਕੋਈ ਬਿਲਕੁਲ ਗਲਤ ਗੱਲ ਆ। ਦੇਖੋ, ਇਹ ਜਿਹੜੀ ਫੰਡਿੰਗ ਦੀ ਗੱਲ ਆ ਜਾਂਦੀ ਹੈ, ਕੁਛ ਗਿਣੇ ਚਿਣੇ NRI ਸ਼ਾਇਦ ਫੰਡਿੰਗ ਕਰਦੇ ਹੋਣਗੇ, ਪਰ ਬਾਹਰਲੇ ਮੁਲਕ ਦੇ ਵਿੱਚ ਰਹਿ ਕੇ 0 ਤੋਂ ਸਟਾਰਟ ਕਰਕੇ ਆਪਣਾ ਪਰਿਵਾਰ ਚਲਾਉਣਾ ਅਤੇ ਉੱਥੇ ਸਰਵਾਈਵ ਕਰਨਾ, ਤਾਂ ਮੈਨੂੰ ਲੱਗਦਾ ਹਰ ਇੱਕ NRI ਕੋਲ ਕੁਛ ਬਚਦਾ ਹੀ ਨਹੀਂ ਹੁੰਦਾ ਕਿ ਉਹ ਕਿਸੇ ਪੋਲੀਟੀਕਲ ਪਾਰਟੀ ਨੂੰ ਬੈਕ ਫੰਡਿੰਗ ਕਰ ਸਕੇ। ਬਿਕੋਜ਼ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਲਿਵਿੰਗ ਸਟੈਂਡਰਡ ਆ, ਤੁਸੀਂ ਸਾਰੇ, ਮੇਰੇ ਖਿਆਲ ਤੁਹਾਡੇ ਵੀ ਰਿਸ਼ਤੇਦਾਰ ਭੈਣ ਭਰਾ ਸਾਰੇ ਬਾਹਰ ਹੋਣਗੇ, ਜਿਹੜਾ ਉੱਥੇ ਲਿਵਿੰਗ ਸਟੈਂਡਰਡ ਆ ਵੈਰੀ ਐਕਸਪੈਂਸਿਵ। ਅਤੇ ਜੇ ਆਪਾਂ ਕਹੀਏ ਕਿ ਸਾਰੇ NRI ਪਿੱਛੇ ਪੋਲੀਟੀਕਲ ਪਾਰਟੀਆਂ ਨੂੰ ਫੰਡ ਕਰਦੇ ਆ, ਇਹ ਬਿਲਕੁਲ ਗਲਤ ਆ। NRI ਦਾ ਆਪਣਾ ਇੱਕ ਆਧਾਰ ਆ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਅੱਜ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਮੈਨੂੰ ਲੱਗਦਾ ਕੋਈ ਘਰ ਇਹੋ ਜਿਹਾ ਨਹੀਂ ਹੋਣਾ ਜਿਨ੍ਹਾਂ ਦਾ ਇੱਕ ਬੱਚਾ ਕਿਸੇ ਬਾਹਰਲੇ ਮੁਲਕ ਦੇ ਵਿੱਚ, ਚਾਹੇ ਆਸਟ੍ਰੇਲੀਆ ਹੋਵੇ, ਨਿਊਜ਼ੀਲੈਂਡ ਹੋਵੇ, ਕੈਨੇਡਾ ਹੋਵੇ, ਅਮੈਰੀਕਾ ਹੋਵੇ, ਨਹੀਂ ਬੈਠਾ। ਔਰ ਜਿਹੜਾ ਬੱਚਾ ਉੱਥੇ ਬੈਠਾ, ਉਹ ਜਿਵੇਂ ਰੀਤ ਚੱਲੀ ਆਉਂਦੀ ਹੈ ਜਦੋਂ ਸਾਡੇ ਮਾਈਗ੍ਰੇਸ਼ਨ ਸ਼ੁਰੂ ਹੋਈ ਸੀ, ਕਿ ਇੱਕ ਬੰਦਾ ਪਰਿਵਾਰ ਦਾ ਗਿਆ ਕਿਉਂਕਿ ਪਰਿਵਾਰ ਦੀ ਜ਼ਰੂਰਤ ਸੀ, ਉੱਥੇ ਜਾ ਕੇ ਉਹਨੇ ਮਿਹਨਤ ਕੀਤੀ ਅਤੇ ਆਪਣਾ ਉਹ ਆਪਣੇ ਕਮਾਈ ਦਾ ਕੁਛ ਪੈਸਾ ਆਪਣੇ ਪਰਿਵਾਰ ਨੂੰ ਪਿੱਛੇ ਦੇਣਾ ਸ਼ੁਰੂ ਕੀਤਾ, ਤਾਂ ਕਿ ਜਿਹੜਾ ਪਰਿਵਾਰ ਆ ਇੱਥੇ ਸੁੱਖ ਦੀ ਜ਼ਿੰਦਗੀ ਬਤੀਤ ਕਰ ਸਕੇ। ਤਾਂ ਉਹ ਪਰਿਵਾਰ ਦੇ ਉੱਤੇ, ਚਾਹੇ ਉਹ ਸਾਡੇ ਚਾਚੇ ਨੇ, ਤਾਏ ਨੇ, ਮਾਮੇ ਨੇ, ਭੂਆ ਨੇ ਜਾਂ ਦੋਸਤ ਨੇ, ਉਹ ਪਰਿਵਾਰ ਦੇ ਉੱਤੇ ਕਿਤੇ ਨਾ ਕਿਤੇ ਇਨਫਲੂਐਂਸ NRI ਦਾ ਰਹਿੰਦਾ ਹੈ। ਤਾਂ ਕਰਕੇ ਮੇਰੇ ਖਿਆਲ ਕਿ ਹਰੇਕ ਪੋਲੀਟੀਕਲ ਪਾਰਟੀ NRI ਦੀ ਇਨਵੋਲਵਮੈਂਟ ਆਲਵੇਜ਼ ਚਾਹੁੰਦੀ ਆ, ਕਿਉਂਕਿ ਅੱਜ ਕੋਈ ਵੀ ਕੈਂਡੀਡੇਟ ਨਾਲ ਤੁਸੀਂ ਗੱਲ ਕਰ ਲਓ, ਕਿਸੇ ਵੀ ਪਾਰਟੀ ਦੇ ਨਾਲ, ਤਾਂ ਉਹਦਾ ਪਹਿਲੀ ਵਰਡਿੰਗ, ਫਸਟ ਲਾਈਨ ਗੱਲ ਹੁੰਦੀ ਹੈ ਕਿਸੇ ਵੀ NRI ਨੂੰ, ਯਾਰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਫੋਨ ਕਰਕੇ ਉਹਨਾਂ ਨੂੰ ਸਾਡੀ ਪਾਰਟੀ ਦੀ ਮਦਦ ਕਰਨ ਵਾਸਤੇ, ਸਾਡੀ ਪਾਰਟੀ ਨੂੰ ਵੋਟ ਪਾਉਣ ਵਾਸਤੇ ਅਪੀਲ ਕਰੋ।